बिस्मिल्लाहिर्रहमानिर्रहीम। मोहम्मद सरफराज दोस्तों की खिदमत फिर हाजिर जी। मैं इस वेले मौजा हाथियाणा मान वाले दे नाल है जी। हाथियाणा पिंड उत्थे है जनाब अकबर अली साहब दे नाल। अकबर साहब सलाम अलैकुम। अकबर साहब असी खलोते तुहाडे शिमला मिर्च दे खेत दे विच। माशाल्लाह बहुत सोहनी है जी मिर्च, और पता लगदा लगी वैसे भी शर्फ हुंदे बंदियां नूं। इह मैनूं दस्सो इहदा लाण दा तरीकेकार की है। तरीकेकार जी आम तकरीबन मैं 8-9 महीने पनीरी कीती है, कश कीती है। 9 महीने पनीरी लाई है? हाँ जी। ट्रेयां किसे अंदर रखियां? नहीं जी, ओपन ही। ओपन ही? अच्छा जी, ओपन रखियां जी। बिल्कुल। उन्हां दे विच की पाया? भाल पाई, मल्लड़ पाया, पीट मॉस पाया? हाँ जी, पीट मॉस। अच्छा जी, ते ओ ट्रेयां दे विच तुसीं लाई 9 महीने। ओ किन्नी देर रही ट्रेयां दे विच? 30 दिन जी। 30 दिन रही, 1 महीना। सितंबर की गल करते हैं? हाँ जी, 9 महीने स्टार्टिंग च लाई। 9 महीने च अगे आ गया अक्टूबर, तो फिर 1 अक्टूबर च टनल लाई जी। 22 अक्टूबर 22 अक्टूबर नूं तुसीं टनल लाई है। चलो विच सवाल कर लिया, टनल दियां जिहड़ियां सोटियां इह कित्थों लभदियां? कोट मोमन सरगोधे वाली साइड तों। सस्तियां ही लभ जांदियां तकरीबन 90 रुपए च इत्थे पहुंच पै गई। ਤੇ ਆਹ ਜਿਹੜੀ ਰੱਸੀ ਆ ਪਲਾਸਟਿਕ ਦੀ ਮਖਸੂਸ ਜਿਹੀ ਹੈ, ਇਸੇ ਕੰਮ ਲਈ ਹੁੰਦੀ ਹੈ? ਹਾਂਜੀ, ਇਸੇ ਕੰਮ। ਇਹ ਕਿੱਥੋਂ ਲੱਭਦੀ ਹੈ? ਇਹ ਲੱਭ ਜਾਂਦੀ ਲਾਹੌਰੋਂ, ਸ਼ੇਖਪੁਰੋਂ, ਜਿੱਥੋਂ ਮਰਜ਼ੀ। ਸ਼ੇਖਪੁਰੋਂ ਤੇ ਆ ਛਾਪਰ ਜਿਹੜਾ ਉੱਪਰ ਪਾਉਂਦੇ ਤੇ ਆ ਥੱਲੇ ਮਲਚ ਜਲਾਨੀ ਵਾਲਿਆਂ ਦਾ ਜੀ? ਇਹ ਜਲਾਨੀ ਵਾਲਿਆਂ ਦਾ। ਇਹ ਜਲਾਨੀ ਵਾਲੇ ਕਿੱਥੇ ਆ ਜੀ? ਇਹ ਜੀ ਮੋਟਰਵੇ ਪੁਲ ਤੋਂ ਪਿੱਛੇ ਨਹੀਂ, ਕਿਲਾ ਸਤਾਰ ਸ਼ਾਹ ਸਟਾਪ ਦਾ। ਕਿਲਾ ਸਤਾਰ ਸ਼ਾਹ ਸਟਾਪ ਤੇ ਤੁਸੀਂ ਉੱਥੋਂ ਹੀ ਲੈ ਆਉਂਦੇ ਆ? ਥੋਕ ਦੇ ਹਿਸਾਬ ਨਾਲ ਲੱਭ, ਥੋਕ ਦੇ ਹਿਸਾਬ ਨਾਲ ਲੱਭ ਜਾਂਦਾ। ਚਲੋ ਇਹ ਤਾਂ ਹੋ ਗਿਆ, ਤੁਸੀਂ ਲਾਈ ਪਨੀਰੀ, ਉਹ ਤੋਂ ਬਾਅਦ ਪੈਲੀ ਦੀ ਤਿਆਰੀ ਦੱਸੋ। ਪੈਲੀ ਦੀ ਤਿਆਰੀ ਆਮ ਹੀ ਜਿੱਦਾਂ ਹੁੰਦੀ ਹੈ ਜੀ, ਹਰ ਫਸਲ ਵਾਸਤੇ। ਹਰ ਫਸਲ ਲਈ ਜਿੱਦਾਂ ਕਰੀਦੀ ਆ, ਵਾਹ ਲਈ, ਸਵਾਰ ਲਈ, ਬਰੀਕ ਕਰ ਲਈ, ਉਹਦੇ ਤੋਂ ਬਾਅਦ? ਉਹਦੇ ਤੋਂ ਬਾਅਦ ਸਿਆੜ ਕੱਢੀ ਦੀ ਆ ਪਲਾਂਟਰ ਦੇ ਨਾਲ। ਸਿਆੜ ਪਲਾਂਟਰ ਦੇ ਨਾਲ ਇਹਨਾਂ ਦਾ ਕੀ ਫਾਸਲਾ ਜੀ? ਉਹਦਾ ਫਾਸਲਾ ਜੀ 36 ਇੰਚ ਉੱਤੋਂ ਜੀ ਘੱਟ। ਅੱਛਾ ਜੀ, 20 ਇੰਚ ਵਿੱਚ। ਇਹ ਜਿਹੜੀ ਖਾਲੀ ਆ 24 ਇੰਚ ਆ? ਹਾਂਜੀ। ਉਹ ਜਿਹਦੇ ਉੱਤੇ ਲੱਗੇ ਬੂਟੇ ਇਹ 36 ਇੰਚ ਆ, ਇਹ ਕੱਢ ਲਈ। ਹਾਂਜੀ। ਤੇ ਫਿਰ ਉੱਤੇ ਛਾਪਰ ਪਾਇਆ? ਹਾਂਜੀ। ਛਾਪਰ ਦੇ ਵਿੱਚ ਮੋਰੀਆਂ ਕਾਹਦੇ ਨਾਲ ਕੱਢੀਆਂ? ਸਿਲੰਡਰ ਹੁੰਦਾ ਜੀ, ਸਿਲੰਡਰ ਦੇ ਨਾਲ ਮੋਰੀਆਂ ਕੱਢੀਆਂ ਤੇ ਵਿੱਚ ਪਨੀਰੀ ਲਾਤੀ। ਪਨੀਰੀ ਲਾਤੀ, ਫਿਰ ਪਾਣੀ ਲਾਤਾ? ਹਾਂਜੀ, ਨਹੀਂ ਪਾਣੀ ਲਾ ਕੇ ਪਨੀਰੀ ਲੱਗੀ। ਪਾਣੀ ਲਾ ਕੇ, ਛਾਪਰ ਪਾ ਕੇ, ਪਾਣੀ ਲਾ ਕੇ, ਫਿਰ ਮੋਰੀਆਂ? 2 ਘੰਟੇ ਬਾਅਦ ਵਿੱਚ ਜੀ ਬਾੜ ਕੇ? ਹਾਂਜੀ। ਬੰਦਿਆਂ ਨੇ ਲਾਈ ਹੋਊ ਨਾ ਜੀ? ਜੀ, ਔਰਤਾਂ ਨੇ ਉਹ ਲਾਤੀ ਪਨੀਰੀ। ਹਾਂਜੀ। ਅੱਛਾ ਜੀ, ਤੇ ਖਾਦ ਪਾਈ ਇਹਨੂੰ? ਹਾਂਜੀ, ਖਾਦ ਥੱਲੇ ਪਾਈ ਸਿੰਗਲ ਸੁਪਰ। DAP ਦਾ ਸਿੰਗਲ ਸੁਪਰ ਕਿੰਨੀ ਕਿੰਨੀ ਪਾਈ? ਦੋ ਬੋਰੀਆਂ। ਉਹਦੇ ਤੋਂ ਬਾਅਦ ਬਸ ਹੁਣ ਰੂਟੀਨ ਦੀ ਹੈ, ਪੋਟਾਸ਼ ਵੀ ਦੇ ਦਿੱਤੀ ਹੈ, ਯੂਰੀਆ ਵੀ। ਰੂਟੀਨ ਕੀ ਆ? ਦੂਜੇ ਦਿਨ, ਚੌਥੇ ਦਿਨ, ਮਹੀਨੇ ਪਾਣੀ ਲੱਗੇ, 8ਵੇਂ ਦਿਨ, 10ਵੇਂ ਦਿਨ ਜਦੋਂ ਪਾਣੀ ਲਾਉਣਾ ਉਦੋਂ ਕਿੰਨੀ ਖਾਦ ਦੇਣੀ? 1 ਬੋਰੀ ਯੂਰੀਆ ਚ ਪਾ ਦੇ ਦੀ, 10 ਕਿਲੋ ਪੋਟਾਸ਼ ਪਾ ਲਈ ਦੀ। 1/2 ਬੋਰੀ ਯੂਰੀਆ, 10 ਕਿਲੋ ਪੋਟਾਸ਼ ਹਰ ਪਾਣੀ ਦੇ, ਜ਼ੋਰਾਵਰ ਪਾ ਲਈ ਤੇ 10 ਕਿਲੋ ਜ਼ੋਰਾਵਰ। ਹਾਂਜੀ, ਇਹ ਜ਼ੋਰਾਵਰ DAP ਨਹੀਂ? ਹਾਂਜੀ, ਪੰਜਾਬੀ DAP ਐਂਗਰ ਵਾਲਿਆਂ ਦੀ, ਐਂਗਰ ਵਾਲਿਆਂ ਦੀ ਇਹ ਪਾ ਦਿੰਦੇ ਹਾਂ। ਇਹ ਔਰ ਇਹ ਤੁਸੀਂ ਪਾਉਂਦੇ ਹੀ ਰਹਿਣਾ? ਪਾਉਂਦੇ ਰਹਿਣਾ। ਇਹ ਫਸਲ ਜਿਹੜੀ ਆ ਸ਼ਿਮਲਾ ਦੀ ਹੈ, ਕਿੰਨਾ ਚਿਰ ਚੱਲੇਗੀ? ਇਹ ਤਕਰੀਬਨ 2 ਮਹੀਨੇ ਰੂਟੀਨ 'ਚ ਚੱਲੇਗੀ। ਅੱਛਾ ਜੀ, 2 ਮਹੀਨੇ ਇਹ ਤੁਸੀਂ ਸਤੰਬਰ ਅਕਤੂਬਰ 22 ਅਕਤੂਬਰ ਨੂੰ ਲਾਈ ਹੈ, ਇਹਦੇ 'ਚੋਂ ਫਲ ਤੋੜਦੇ ਹੁਣ ਤੁਸੀਂ? ਹਾਂਜੀ, ਤੋੜ। ਕਿੰਨੇ ਦਿਨ ਹੋ ਗਏ ਤੋੜਦਿਆਂ ਨੂੰ? ਪਹਿਲੀ ਤੁੜਾਈ ਕੀਤੀ ਸੀ 22 ਜਨਵਰੀ ਜੀ। ਅੱਛਾ ਜੀ, ਪਹਿਲੀ ਤੁੜਾਈ 22 ਜਨਵਰੀ। ਹਾਂਜੀ। ਅੱਛਾ ਜੀ, ਦੂਸਰੀ ਕੀਤੀ ਫਿਰ 10 ਫਰਵਰੀ। ਦੂਸਰੀ ਕੀਤੀ 10 ਫਰਵਰੀ, ਤੇ ਤੀਸਰੀ ਹੁਣ 26 ਫਰਵਰੀ ਦੀ ਸ਼ੁਰੂ ਆ ਜੀ। ਹੁਣ ਰੁਕੀ ਹੁਣ 26 ਫਰਵਰੀ ਦਾ ਰੋਜ਼ ਦਾ ਰੋਜ਼ ਤੇ ਹੁਣ ਕਿੰਨਾ ਚਿਰ ਰੋਜ਼ ਦਾ ਰੋਜ਼ ਤੋੜਨਾ? ਇਹ 2 ਮਹੀਨੇ ਜੀ, ਇਨਸ਼ਾਅੱਲਾ। ਠੀਕ ਆ ਜੀ। ਅੱਛਾ, ਇਹਨੂੰ ਕੋਈ ਬਿਮਾਰੀ ਵੀ ਆਉਂਦੀ ਹੈ? ਬਿਮਾਰੀ ਇਹ ਤਾਂ ਆਉਂਦੀ ਹੈ ਜੀ, ਥ੍ਰਿਪਸ ਸਫੈਦ ਮੱਖੀ ਬਹੁਤ ਜ਼ਿਆਦਾ ਅਟੈਕ ਕਰਦੀ ਹੈ। ਅੱਛਾ, ਉਹਦੀ ਸਪਰੇਅ ਪਹਿਲਾਂ ਕਰਦੇ ਜਾਂ ਬਿਮਾਰੀ ਆਈ ਤੇ? ਨਹੀਂ ਜੀ, ਰੂਟੀਨ 'ਚ ਕਰੀ ਜਾਈਦੀ ਆ। ਥੋੜ੍ਹ ਹਫ਼ਤੇ ਬਾਅਦ ਉਹ ਸਪਰੇਅ ਕਰੀ ਜਾਣੀ? ਉਹ ਕੋਈ ਯਾਦ ਆ ਕਿਹੜੀਆਂ ਸਪਰੇਆਂ ਕਰਨੀ? ਕਦੀ ਸੀਟਾ ਮਾਰ ਲਈ ਆ, ਕਦੀ ਦੂਸਰੀ ਪ੍ਰੋਕਸੀਫਨ ਮਾਰ ਲਈ ਆ, ਵੱਖਰੀ ਅਮੀਡਾ ਮਾਰ ਲਈ ਦਾ। ਅੱਛਾ, ਪਾਇਰੇਟ ਮਾਰ ਲਈ ਦਾ ਜੀ। ਪਾਇਰੇਟ, ਮਾਸ਼ਾਅੱਲਾ, ਫਸਲ ਸੋਹਣੀ ਆ, ਅੱਲਾਹ ਤਾਲਾ ਇਹਦੇ 'ਚ ਬਰਕਤ ਦੇਵੇ। ਇਸ ਤਰ੍ਹਾਂ ਦੀ ਫਸਲ ਹੋਵੇ ਤੇ ਕਿੰਨੇ ਕੁ ਬੋਰੇ ਨਿਕਲ ਆਉਂਦੇ ਮਿਰਚਾਂ ਦੇ? ਬੋਰੇ ਮੈਕਸੀਮਮ ਜੀ 450 ਤੱਕ ਨਿਕਲ ਆਉਂਦਾ ਹੁੰਦਾ। ਐਤਕੀ ਜ਼ਿਆਦਾ ਦੀ ਉਮੀਦ? ਐਤਕੀ ਜ਼ਿਆਦਾ ਦੀ ਉਮੀਦ ਹੈ। ਐਤਕੀ ਤੁਸੀਂ ਜ਼ਿਆਦਾ ਕੇਅਰ ਕੀਤੀ ਆ। ਕਿੰਨੇ ਅਰਸੇ ਤੋਂ ਤੁਸੀਂ ਕਰਦੇ ਆ ਇਹ ਕੰਮ? 5 ਸਾਲ ਹੋ ਗਏ। 5 ਸਾਲ, ਮਾਸ਼ਾਅੱਲਾ ਜੀ, ਫਿਰ ਤਾਂ ਠੀਕ ਹੋ ਗਿਆ ਕੰਮ। ਤੇ ਮੰਡੀ ਕਿਹੜੀ ਜਾਂਦੇ ਆ? ਮੰਡੀ ਇੱਥੇ ਮਾਨਾ ਵਾਲਾ ਚਾਹੀਦਾ ਜ਼ਿਆਦਾਤਰ। ਮਾਨਾ ਵਾਲੀ ਵਿਕ ਜਾਂਦੀ ਆ? ਅੱਛਾ, ਇਹ ਕਿਹੜੀ ਆ, ਕੋਟਵਾਰ ਵਾਲੀ, ਕੱਚੀ ਕੋਠੀ ਵਾਲੀ ਜਾਂ ਮੰਡੀ? ਮਾਨਾ ਵਾਲੀ। ਮਾਨਾ ਵਾਲੇ ਜੀ ਵਿਕ ਜਾਂਦਾ ਅੰਦਰ ਵਾਲੀ ਮੰਡੀ ਦੇ? ਹਾਂਜੀ ਜੀ, ਠੀਕ ਹੋ ਗਿਆ। ਹੁਣ ਨਵੇਂ ਕਾਸ਼ਤਕਾਰਾਂ ਨੂੰ ਤੁਸੀਂ ਕੀ ਸਲਾਹ ਦਿਓਗੇ? ਲਾਣੀ ਚਾਹੀਦੀ? ਹਾਂਜੀ, ਲਾਣੀ ਚਾਹੀਦੀ, ਮੁਨਾਫਾ ਬਖਸ਼ ਫਸਲ। ਮੁਨਾਫਾ ਬਖਸ਼ ਫਸਲ ਆ, ਲੇਕਿਨ ਮਿਹਨਤ ਹੈ ਥੋੜ੍ਹੀ ਜੀ। ਹਾਂਜੀ, ਰੱਖਦੀ ਨਹੀਂ ਮਿਹਨਤ,
वैसे रोजी अल्लाह ताला ये दिंदा है, मेहनत नहीं रखती, मेहनत ये है काफी। ये अच्छा तुहाडे मैनू कोई घा का बूटा नहीं नजर आन डिया, की किया तुसी? गोडी भी करनी है, छापर जेडे इन्हां दे थले भी नहीं दिसदा मैनू कुछ। छापर थले उगदा ही नहीं, जेड़ा दूसरा उगे जिस तरह पटड़ियां आ नजर आन डिया, ये गोडी नालो नाल करांदे रहना। अच्छा नाल करेला भी लाता, मल्टी क्रॉपिंग करती। अच्छा ए जेड़ी तुसी टनल है ये उतो छापर लाता, हुण इहदे ते जाली चाढ़ोगे? जाली दे उत्ते हाथ रखियो, समान साहब जरा पता लग जाए ਇਹਦੇ ਉੱਤੇ ਜਾਲੀ। ਅੱਛਾ ਉਧਰੋਂ ਵੀ ਕਰੇਲਾ ਕੱਢ ਜਾਏਗਾ, ਇਧਰੋਂ ਵੀ ਕਰੇਲਾ ਕੱਢ ਜਾਏਗਾ ਜੀ। ਚਾਰ ਪੱਖੇ ਨੇ ਵਿੱਚ ਜੀ, ਸ਼ਿਮਲਾ ਮਿਲ ਜੇ ਇਹ ਵਾਇਆ ਤਕਰੀਬਨ ਮੰਜਦਾ 14 ਫੁੱਟ। ਚੌਦਾਂ ਫੁੱਟ ਅੱਛਾ ਜੀ, ਉਧਰੋਂ ਕਰੇਲਾ ਕੱਢ ਵਿੱਚੋਂ ਸ਼ਿਮਲਾ ਤੋੜੀ ਜਾਓਗੇ ਉੱਤੇ, ਛੋਰਾ ਵੀ ਹੋਜੂ ਕਰੇਲੇ ਦਾ ਸ਼ਿਮਲਾ ਨੂੰ, ਅਤੇ ਨਾਲੇ ਕਰੇਲਾ ਵੀ ਤੋੜੀ ਜਾਓਗੇ। ਅੱਲਾਹ ਤਾਲਾ ਜੀ ਬਰਕਤ ਦੇ, ਬਹੁਤ ਵਧੀਆ ਜੀ। ਅਪ੍ਰੈਲ ਮਈ ਤੱਕ ਇਹ ਠੀਕ ਹੈ ਜੀ। ਬਿਮਾਰੀ ਦਾ ਬਹੁਤ ਇਸ ਇਲਾਕੇ ਦਾ ਸਾਡੇ ਥੋੜ੍ਹਾ ਜਿਹਾ ਮਸਲਾ ਆ, ਫੁੱਲ ਵੀ ਆ ਨਜ਼ਰ ਆ ਰਹੇ। ਅੱਛਾ ਇਹ ਦੱਸੋ ਇਹ ਜਿਹੜੀ ਆ ਤੁਸੀਂ ਇਹਦੇ ਤੋਂ ਬਾਅਦ ਇਹਦੇ ਚ ਕੀ ਬੀਜਣਾ? ਅੱਛਾ ਉਦੋਂ ਹੀ ਸੋਚਣ, ਪਿਛਲੇ ਸਾਲ ਗੋਭੀ ਸੀ, ਪਿਛਲੇ ਸਾਲ ਗੋਭੀ, ਗੋਭੀ ਤੋਂ ਬਾਅਦ ਸ਼ਿਮਲਾ, ਸ਼ਿਮਲੇ ਤੋਂ ਬਾਅਦ ਫਿਰ ਤਿਆਰ ਕਰਕੇ ਅਸੀਂ ਮਿਰਚ ਲਾਈ ਆ। ਉਹ ਫਿਰ ਪਹਿਲੀ ਵਿਹਲੀ ਛੱਡ ਦੇ, ਬੰਦ ਗੋਭੀ ਸੀ ਨਾ ਜੀ, ਹਾਂਜੀ ਫਿਰ ਪਹਿਲੀ ਪਹਿਲੀ ਦੋ ਦਿਨ ਦੋ ਮਹੀਨੇ ਵਿਹਲੀ ਰਹੀ। ਅੱਛਾ ਜੀ, ਛੱਡ ਵਾਸਤੇ ਪਹਿਲੀ ਜ਼ਰੂਰੀ ਹੈ। ਨਵੇਂ ਜਿਹੜੇ ਕਾਸ਼ਤਕਾਰ ਆ ਉਹਨਾਂ ਨੂੰ ਅਗਰ ਲੋੜ ਪਈ ਤੁਸੀਂ ਕੋਈ ਮਸ਼ਵਰਾ ਦੇ ਦਿਆ ਕਰੋ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਅੱਲਾਹ ਤਾਲਾ ਬਰਕਤ ਦੇਵੇ। ਹੱਸਦੇ ਰਹੋ ਅਤੇ ਵੱਸਦੇ ਰਹੋ, ਸ਼ਾਦ ਰਹੋ ਅਤੇ ਆਬਾਦ ਰਹੋ। ਪਾਕਿਸਤਾਨ ਜ਼ਿੰਦਾਬਾਦ। ਕਿਉਂਕਿ ਕੋਈ ਜਿਹੜਾ ਪਿਛਲਾ ਘਾਟਾ ਪਿਆ ਸੀ ਆਦੀ ਕਸਰ ਨਿਕਲ ਗਈ। ਹਾਂਜੀ ਜਿਹੜੀ ਵੀ ਚੀਜ਼ ਲਾਓ ਕਹਿੰਦੇ ਲਗਾਤਾਰ ਲਾਣੇ ਪੈਂਦੇ, ਫਿਰ ਪ੍ਰੋਫਿਟ ਲਾਸ ਵਿੱਚ ਹੀ ਤੁਹਾਨੂੰ ਫਿਰ।